ਹੁਣ ਰੁਕ ਕਰਦੇ ਹਾਂ ਅੱਜ ਪੰਜਾਬ ਦੀ ਵੱਡੀ ਖਬਰ ਦੇ ਵੱਲ। ਪੰਜਾਬ ਭਰ ਦੇ ਵਿੱਚ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਥਾਂ ਥਾਂ ਉੱਤੇ ਦਿੱਲੀ ਦੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੁਜ਼ਾਹਰੇ ਕੀਤੇ ਗਏ ਨੇ। ਅਕਾਲੀ ਲੀਡਰਸ਼ਿਪ ਦਾ ਆਮ ਆਦਮੀ ਪਾਰਟੀ ਉੱਤੇ ਦਿੱਲੀ ਦੇ ਗੁਰਦੁਆਰਾ ਸੀਸਗੰਜ ਦੇ ਵਿੱਚ ਪਿਆਓ ਦੇ ਤੋੜੇ ਜਾਣ ਖਿਲਾਫ ਰੋਸ ਵੱਧ ਗਿਆ ਹੈ ਅਤੇ ਇਸ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਦਾ ਸਮਰਥਨ ਕਰਨਾ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ 'ਚ ਪਿਆਓ ਟੁੱਟਣ ਦਾ ਮਾਮਲਾ ਅਤੇ SYL ਦੇ ਮੁੱਦੇ ਤੇ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਪੰਜਾਬ 'ਚ ਵਿਰੋਧੀ ਪਾਰਟੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਵੱਲੋਂ ਲਗਾਤਾਰ ਇਹਨਾਂ ਦੋਹਾਂ ਮੁੱਦਿਆਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ SYL ਅਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਪਿਆਓ ਨੂੰ ਤੋੜੇ ਜਾਣ ਦੇ ਮੁੱਦੇ ਤੇ ਕੇਜਰੀਵਾਲ ਦੇ ਖਿਲਾਫ਼ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਕੁਝ ਦਿਨ ਪਹਿਲਾਂ ਹੀ ਐਲਾਨਿਆ ਸੀ ਅਤੇ ਆਪਣੇ ਐਲਾਨ ਦੇ ਮੁਤਾਬਕ ਅੱਜ ਪੰਜਾਬ ਭਰ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਜੋ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਖਿਲਾਫ਼ ਐਫੀਡੇਵਿਟ ਦਿੱਤਾ SYL ਦੇ ਲਈ, ਹਰਿਆਣੇ ਦਾ ਪੱਖ ਪੂਰਿਆ, ਅਸੀਂ ਉਹਦੇ ਖਿਲਾਫ਼ ਧਰਨਾ ਦੇ ਰਹੇ ਹਾਂ। ਅਕਾਲੀ ਦਲ ਐਸੀਆਂ ਜੋ ਕੌੜੀ ਰਾਜਨੀਤੀ ਅਤੇ ਐਸੀ ਪੰਜਾਬ ਵਿਰੋਧੀ ਜਿਹੜੀ ਸੋਚ ਆ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜਾ ਉਹਨਾਂ ਨੇ ਝੂਠ ਬੋਲਿਆ ਨਾ, ਇੱਥੇ ਆ ਕੇ ਕੁਛ ਹੋਰ ਕਿਹਾ, ਅਸੀਂ ਇਹ ਗੱਲ ਕਹਿੰਦੇ ਹਾਂ, ਤੁਹਾਡੇ ਜ਼ਰੀਏ ਵੀ ਕਹਿੰਦੇ ਹਾਂ ਇਹ ਗੱਲ ਵੀ ਦੇਖੋ, ਇੱਕ ਜਿਹੜਾ ਆਪਣੇ ਆਪ ਨੂੰ ਨੇਤਾ ਕਹਾਉਂਦਾ ਉਹਦੀ ਦੋਗਲੀ ਨੀਤੀ ਹੋਵੇ ਨਾ। ਮਾਨਯੋਗ ਬਾਦਲ ਸਾਹਿਬ ਨੇ ਸਪਸ਼ਟ ਤੌਰ 'ਤੇ ਜਦੋਂ ਪਾਣੀਆਂ ਦੇ ਨਾਲ ਖੜ੍ਹੇ ਨੇ, ਕਿਸਾਨੀ ਦੇ ਨਾਲ ਖੜ੍ਹੇ ਨੇ, ਪੰਜਾਬ ਦੇ ਹਿੱਤਾਂ ਲਈ ਖੜ੍ਹੇ ਨੇ, ਚਟਾਨ ਦੀ ਤਰ੍ਹਾਂ ਖੜ੍ਹੇ ਨੇ, ਉਸੇ ਤਰ੍ਹਾਂ ਖੜ੍ਹੇ ਨੇ ਅਤੇ ਉਸੇ ਤਰ੍ਹਾਂ ਅਸੀਂ ਸਾਰੇ ਉਹਨਾਂ ਦੇ ਨਾਲ ਖੜ੍ਹੇ ਹਾਂ। ਇਸ ਕਰਕੇ ਪੰਜਾਬ ਕੋਲ ਕੋਈ ਇੱਕ ਵੀ ਬੂੰਦ ਪਾਣੀ ਦੀ ਹੈ ਨਹੀਂ ਅਤੇ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਲੋਕ ਇੱਥੇ ਰਾਜਨੀਤੀ ਨਾ ਕਰਨ ਪਾਣੀ। ਪਹਿਲਾਂ ਤਾਂ ਮੈਂ ਕਹੂੰਗਾ ਕਿ ਜੋ ਕੇਜਰੀਵਾਲ ਦੀ ਸਰਕਾਰ ਨੇ ਔਰ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਸਾਡੇ ਗੁਰਧਾਮਾਂ ਦੇ ਉੱਤੇ ਹਮਲਾ ਕੀਤਾ, ਇਹ ਅੱਜ ਉਸ ਤਹਿਤ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੇ ਪੁਤਲੇ ਵੀ ਸਾੜੂਗਾ ਔਰ ਇਸ ਗੱਲ ਦਾ ਬਹੁਤ ਵੱਡਾ ਰੋਸ ਆ ਸਾਰੀਆਂ ਸੰਗਤਾਂ ਦੇ ਵਿੱਚ ਕਿ ਜਿੱਥੇ ਇਹੋ ਜਿਹੇ ਪਵਿੱਤਰ ਸਥਾਨ ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਸ਼ਹੀਦੀਆਂ ਦਿੱਤੀਆਂ ਹੋਣ ਕੌਮਾਂ ਦੀ ਖਾਤਰ, ਦੂਜੀਆਂ ਕੌਮਾਂ ਦੀ ਖਾਤਰ, ਉਹੋ ਜਿਹੇ ਪਵਿੱਤਰ ਸਥਾਨ 'ਤੇ ਹਮਲਾ ਕਰਨਾ, ਇਹ ਤੋਂ ਵੱਡਾ ਪਾਪ ਕੀ ਹੋ ਸਕਦਾ। ਉਧਰ ਅਕਾਲੀ ਦਲ ਨੇ ਇਸ ਪ੍ਰਦਰਸ਼ਨ 'ਚ ਆਪਣੇ ਨਾਲ SGPC ਨੂੰ ਵੀ ਸ਼ਾਮਿਲ ਕੀਤਾ ਅਤੇ ਕੇਜਰੀਵਾਲ ਨੂੰ SYL ਮੁੱਦੇ 'ਤੇ ਘੇਰਦਿਆਂ ਕਿਹਾ ਕਿ ਪੰਜਾਬ ਦੇ ਹੱਕ 'ਚ ਕੇਜਰੀਵਾਲ ਬਿਲਕੁਲ ਦਿਖਾਈ ਨਹੀਂ ਦੇ ਰਹੇ ਅਤੇ ਅਸੀਂ ਪੰਜਾਬ ਦੇ ਪਾਣੀ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ। ਅੱਜ ਕੇਜਰੀਵਾਲ ਦਾ ਪੁਤਲਾ ਸਾੜਿਆ ਗਿਆ ਕਿਉਂਕਿ ਉਹਨੇ ਦੋ ਬੜੇ ਘਨਾਉਣੇ ਕੰਮ ਕੀਤੇ ਨੇ ਕਿ ਇੱਕ ਤਾਂ ਉਹਨੇ ਜਿਹੜਾ ਸਾਡਾ ਪੰਜਾਬ ਦਾ ਪਾਣੀ ਆ ਉਹ ਹਰਿਆਣੇ ਨੂੰ ਦੇਣ ਵਾਸਤੇ ਸੁਪਰੀਮ ਕੋਰਟ ਵਿੱਚ ਸਰਕਾਰ ਵੱਲੋਂ ਐਫੀਡੇਵਿਟ ਦਿੱਤਾ ਜਿਹੜਾ ਕਦੀ ਬਰਦਾਸ਼ਤ ਨਹੀਂ ਹੋ ਸਕਦਾ। ਦੂਜਾ ਕੰਮ ਉਹਨੇ ਬਹੁਤ ਮਾੜਾ ਕੀਤਾ ਕਿ ਜਿਹੜਾ ਦਿੱਲੀ ਵਿੱਚ ਸਾਡੇ ਗੁਰੂਆਂ ਵੱਲੋਂ ਪੀੜਾਂ ਪੈਗੰਬਰਾਂ ਦੇ ਆਦੇਸ਼ਾਂ 'ਤੇ ਉਹਨਾਂ ਦੇ ਰਾਹਾਂ 'ਤੇ ਚੱਲਦਿਆਂ ਪਾਣੀ ਪਿਆਉਣ ਉੱਥੇ ਪਿਆਊ ਸੀ ਥੜਾ ਜਿਹੜਾ ਬਣਾਇਆ ਗਿਆ ਸੀ ਉਹ ਉਹਨੇ ਢਵਾਇਆ। ਇਹਦੇ ਰੋਸ ਵਜੋਂ ਪੰਜਾਬ ਦੇ ਸਾਰੇ ਅਕਾਲੀ ਦਲ BJP ਦੇ ਵਰਕਰਾਂ ਨੂੰ, ਵੋਟਰਾਂ ਨੂੰ, ਲੋਕਾਂ ਨੂੰ ਬੜੀ ਭਾਵਨਾ ਨੂੰ ਸੱਟ ਵੱਜੀ। ਸਮੁੱਚੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਜਰੀਵਾਲ ਦੀ ਦੋਗਲੀ ਨੀਤੀ ਦੇ ਖਿਲਾਫ਼ ਰੋਸਮਈ ਧਰਨੇ ਦਿੱਤੇ ਜਾ ਰਹੇ ਨੇ, ਜਿਸ ਦੇ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਜਥਾ ਸਾਰੇ ਵਿੰਗਡ ਇਹ ਰੋਸਮਈ ਧਰਨਾ ਦੇ ਰਹੇ ਆ। ਧਰਨੇ ਦੇਣ ਦਾ ਕਾਰਨ ਦੋ ਨੇ, ਇੱਕ ਤਾਂ ਜੋ SYL ਦਾ ਮੁੱਦਾ ਗਾ, ਕੇਜਰੀਵਾਲ ਨੇ ਜਦੋਂ ਪੰਜਾਬ ਦੇ ਵਿੱਚ ਆਇਆ ਤਾਂ ਉਸ ਟਾਈਮ ਬਿਆਨ ਦਿੱਤਾ ਕਿ ਅਸੀਂ ਪੰਜਾਬ ਦੇ ਹੱਕ 'ਚ ਖੜ੍ਹੇ ਹਾਂ, ਪੰਜਾਬ ਦਾ ਪਾਣੀ ਆ ਜਿਹੜਾ ਹਰਿਆਣੇ ਨੂੰ ਜਾਣਾ ਨਹੀਂ ਚਾਹੀਦਾ। ਪਰ ਜਦੋਂ ਵੀ ਪੰਜਾਬ ਤੋਂ ਵਾਪਸ ਗਿਆ ਦਿੱਲੀ ਦੇ ਵਿੱਚ ਜਾਣਸਾਰ ਬਿਆਨ ਦਿੱਤਾ ਕਿ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ। ਫਿਲਹਾਲ ਪੰਜਾਬ ਦੀ ਰਾਜਨੀਤੀ 'ਚ ਹਮੇਸ਼ਾ ਤੀਜੀ ਪਾਰਟੀ ਨੂੰ ਸਭ ਤੋਂ ਪਹਿਲਾਂ ਸਾਈਡਲਾਈਨ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਹਵਾ ਦਾ ਰੁੱਖ ਪੰਜਾਬ ਵੱਲ ਹੋਣ ਤੋਂ ਪਹਿਲਾਂ ਹੀ ਉਸ ਦਾ ਰੁੱਖ ਬਦਲਣ ਦੀ ਕੋਸ਼ਿਸ਼ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਦੇ ਸਭ ਤੋਂ ਗੰਭੀਰ ਮਸਲਿਆਂ 'ਤੇ ਆਪ ਪਾਰਟੀ ਨੂੰ ਬਚਣ ਦਾ ਮੌਕਾ ਅਕਾਲੀ ਦਲ ਨਹੀਂ ਦੇ ਰਹੀ। ਨਿਊਜ਼ ਟੈਕਸ ਤੋਂ ਸ਼ੈਰੀ ਗੌਰਵਾ ਦੇ ਨਾਲ ਬਿਊਰੋ ਰਿਪੋਰਟ, ਗਲੋਬਲ ਪੰਜਾਬ TV।